ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਭਾਵੇਂ ਕਿ ਉਮੀਦਵਾਰ ਆਪੋ ਆਪਣੇ ਹਿਸਾਬ ਦੇ ਨਾਲ ਚੋਣ ਪ੍ਰਚਾਰ ਕਰਦੇ ਪਏ ਨੇ, ਪਰ ਜਦੋਂ ਚਰਨਜੀਤ ਸਿੰਘ ਚੰਨੀ ਦੀਆਂ ਤਸਵੀਰਾਂ ਸਪੀਚ ਸਾਹਮਣੇ ਆ ਜਾਂਦਾ ਹੈ ਤਾਂ ਲੋਕ ਖੜ ਖੜ ਕੇ ਉਹਨਾਂ ਨੂੰ ਸੁਣਨ ਦੇ ਲਈ ਅਕਸਰ ਬੇਤਾਬ ਰਹਿੰਦੇ ਨੇ। ਅਜਿਹੀਆਂ ਤਸਵੀਰਾਂ ਇੱਕ ਵਾਰ ਫਿਰ ਤੋਂ ਚਰਨਜੀਤ ਸਿੰਘ ਚੰਨੀ ਲੋਕ ਸਭਾ ਸੀਟ ਤੋਂ ਫਿਲੌਰ ਹਲਕੇ ਦੇ ਵਿੱਚ ਪਹੁੰਚੇ ਹੋਏ ਸਨ, ਜਿੱਥੇ ਉਹਨਾਂ ਦੇ ਵੱਲੋਂ ਕਿਸਾਨ ਨੇਤਾਵਾਂ ਦਾ ਝੰਡਾ ਫੜ ਕੇ ਕਿਸਾਨ ਮਜ਼ਦੂਰਾਂ ਦੇ ਹੱਕ ਦੇ ਵਿੱਚ ਨਾਰੇ ਲਗਾਏ ਗਏ। ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਪੰਜਾਬੀ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਦੁਕਾਨਦਾਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਆੜ੍ਹਤੀ ਏਕਤਾ ਜਿੰਦਾਬਾਦ, ਪੰਜਾਬੀਆਂ ਦਾ ਏਕਾ ਜਿੰਦਾਬਾਦ। ਧੰਨਵਾਦ ਤੁਹਾਡਾ। ਬਿਠਾ ਕੇ ਉਹਨਾਂ ਦੀ ਗੱਲ ਸੁਣੀ, ਜੋ ਵੀ ਉਹਨਾਂ ਨੇ ਕਿਹਾ ਉਹ ਸਾਰੀਆਂ ਇੰਨ ਬਿੰਨ ਉਸੇ ਤਰ੍ਹਾਂ ਗੱਲਾਂ ਮੰਨ ਕੇ ਅੱਜ ਜੇ ਪੰਜਾਬ ਦੇ ਵਿੱਚ 17,000 ਕਦੇ ਮੁਆਵਜ਼ਾ ਮਿਲਿਆ, ਅਕਾਲੀਆਂ ਨੇ 8,000 ਦਿੱਤਾ ਸੀ, ਕੈਪਟਨ ਨੇ 12, ਅਤੇ ਮੈਂ 17,000 ਮੁਆਵਜ਼ਾ ਦਿੱਤਾ ਸੀ। ਅਤੇ ਉਹਦੇ ਕਰਕੇ ਜਦੋਂ ਮੋਦੀ ਸਾਹਿਬ ਦੀ ਗੱਲ ਹੋਈ ਹੈ ਉਦੋਂ ਵੀ ਮੈਂ ਕਿਸਾਨਾਂ ਦੇ ਨਾਲ ਖੜਿਆ, ਲੇਕਿਨ ਆਹ ਜਿਹੜੀ ਮੌਜੂਦਾ ਸਰਕਾਰ ਹੈ ਇਹਨੇ ਕਿਸਾਨਾਂ ਦੇ ਨਾਲ ਬੁਰਾ ਬਿਹੇਵ ਕੀਤਾ। ਇਹਨਾਂ ਨੇ ਇਸ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਹੈ ਜਿਹੜੇ ਉਹ ਵਜ੍ਹਾ ਨਹੀਂ ਜਗ੍ਹਾ ਲੱਭਦੇ ਹੈ, ਅਤੇ ਜਦੋਂ ਅੰਬਾਲੇ ਹਰਿਆਣੇ ਦੀ ਪੁਲਿਸ ਨੇ ਆ ਕੇ ਇਸ ਪਾਸੇ ਪੰਜਾਬ ਦੇ ਵਿੱਚ ਗੋਲੀਆਂ ਚਲਾਈਆਂ, ਸਾਡਾ ਨੌਜਵਾਨ ਮਾਰਿਆ ਗਿਆ, ਸਾਡੇ ਬੰਦੇ ਫੱਟੜ ਹੋ ਗਏ, ਅੱਜ ਤੱਕ ਉਹਦੇ 'ਤੇ ਇਸ ਮੁੱਖ ਮੰਤਰੀ ਆ ਆਮ ਆਦਮੀ ਪਾਰਟੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਅੱਜ ਮੈਂ ਹਲਕਾ ਫਿਲੌਰ ਦੇ ਵਿੱਚ ਜਲੰਧਰ ਲੋਕ ਸਭਾ ਦਾ ਜਿਹੜਾ ਇੱਕ ਹਲਕਾ ਉਹਦੇ ਵਿੱਚ ਪ੍ਰਚਾਰ ਕਰਨ ਆਇਆ, ਅਤੇ ਬੜਾ ਪਿੰਡ ਹੈਗਾ ਇੱਥੇ ਦਾ ਇੱਕ, ਉੱਥੇ ਬੜਾ ਭਾਰੀ ਇਕੱਠ ਹੋਇਆ ਵਾਸੀ, ਅਤੇ ਕਿਸਾਨ ਯੂਨੀਅਨ ਦੇ ਵੱਖ ਵੱਖ ਲੀਡਰ ਸਾਹਿਬਾਨ ਵਰਕਰਾਂ ਦੇ ਨਾਲ ਉੱਥੇ ਆਏ। ਉਹ ਮੈਨੂੰ ਕਹਿੰਦੇ ਸਵਾਲ ਕਰਨੇ ਆ, ਉਹਨਾਂ ਨੇ 10 ਮਿੰਟ ਆਪਣੇ ਸਵਾਲ ਕੀਤੇ, ਅਤੇ ਉਸ ਤੋਂ ਬਾਅਦ ਸਵਾਲ ਸੁਣਨ ਤੋਂ ਬਾਅਦ ਸੰਤੁਸ਼ਟ ਹੋ ਕੇ ਉਹਨਾਂ ਨੇ ਮੇਰੇ ਨਾਮ ਦੇ ਲਾਹੇ ਲਗਾ ਕੇ ਜੈ ਜੈਕਾਰ ਕੀਤੀ। ਮੈਨੂੰ ਬੜੀ ਖੁਸ਼ੀ ਹੈ ਕਿ ਕਿਸਾਨ ਯੂਨੀਅਨਾਂ ਨੇ ਮੇਰੇ ਕੰਮ ਨੂੰ ਦੇਖਦੇ ਹੋਏ ਅੱਜ ਚੰਗਾ ਕੰਮ ਕਿਹਾ ਮੈਨੂੰ। ਅਤੇ ਉਸ ਤੋਂ ਬਾਅਦ ਕਹਿੰਦੇ ਉੱਥੇ ਬੀਜੇਪੀ ਵਾਲੀ ਆਇਆ, ਉਹਦੀ ਦੀਪੜ ਪਈ ਹੈ, ਜਿਹੜੇ ਮਾੜੇ ਕੰਮ ਕਰਨਗੇ ਲੀਡਰ ਉਹਨਾਂ ਦੇ ਨਾਲ ਜ਼ਰੂਰ ਲੋਕ ਵੀ ਬੁਰੀ ਤਰ੍ਹਾਂ ਪੇਸ਼ ਆਉਣਗੇ। ਜਿਹੜੇ ਲੋਕਾਂ ਦੇ ਨਾਲ ਖੜਦੇ, ਕਿਸਾਨੀ ਦੇ ਨਾਲ ਖੜਦੇ, ਪੰਜਾਬੀਆਂ ਦੇ ਨਾਲ ਖੜਦੇ, ਉਹਨਾਂ ਨੂੰ ਅੱਜ ਲੋਕ ਚੰਗਾ ਕਹਿ ਰਹੇ ਆ। ਲੋਕ ਸਭਾ ਹਲਕਾ ਜਲੰਧਰ ਦੇ ਵਿੱਚ ਸੜਕਾਂ ਦਾ ਬਹੁਤ ਮਾੜਾ ਹਾਲ ਹੈ, ਇਹ ਬਣਾਉਣੀ ਹੈ। ਇੱਥੇ ਕੋਈ ਸਰਕਾਰੀ ਸਿਵਲ ਜਿਹੜੀ ਜਨਰਲ ਯੂਨੀਵਰਸਿਟੀ ਨਹੀਂ ਹੈ ਉਹ ਬਣਾਉਣੀ ਹੈ, ਇੱਥੇ ਹੋਸਪਿਟਲ ਨਹੀਂ ਹੈ ਚੰਗੇ ਸਰਕਾਰੀ ਉਹ ਬਣਾਉਣੇ ਆ, ਇੱਥੇ ਏਮਜ਼ ਲੈ ਕੇ ਆਉਣਾ, ਇੱਥੇ ਖੇਡ ਗਰਾਊਂਡ ਨਹੀਂ ਹੈ, ਇੱਥੇ ਨਸ਼ਾ ਬਹੁਤ ਹੈ ਜਿਹੜਾ ਹਟਾਉਣਾ, ਇੱਥੇ ਬਹੁਤ ਸਾਰੇ ਕੁਰੀਤੀਆਂ ਹੋ ਰਹੀਆਂ, ਦੜਾ ਸੱਟਾ ਚੱਲਦਾ, ਉਹ ਬੰਦ ਕਰ ਰਹੇ ਨੇ।